ਹਸਪੀਟਲ 'ਚੋਂ ਫਰਾਰ ਕੈਦੀ ਨੂੰ ਪੰਜਾਬ ਪੁਲਿਸ ਨੇ ਕੁਛ ਘੰਟਿਆਂ ਵਿੱਚ ਕੀਤਾ ਗ੍ਰਿਫਤਾਰ। ਦੱਸਿਆ ਜਾ ਰਿਹਾ ਹੈ ਕਿ 23 ਤਰੀਕ ਨੂੰ ਜਿਹੜਾ ਕੈਦੀ ਨੂੰ ਕਿੰਦੀ ਜੇਲ੍ਹ ਦੇ ਵਿੱਚੋਂ ਫਿਰੋਜ਼ਪੁਰ ਦੇ ਵਿੱਚ ਜੇਰੇ ਇਲਾਜ ਲਈ ਲੈ ਕੇ ਆਏ ਸੀਗੇ। ਇਲਾਜ ਦੇ ਦੌਰਾਨ ਅੱਜ ਜਦੋਂ ਡਾਕਟਰ ਵੱਲੋਂ ਉਸ ਨੂੰ ਜਾਂਚ ਲਈ ਜਾਇਆ ਜਾਂਦਾ, ਉਸਦਾ ਇਲਾਜ ਕਰਨ ਲਈ ਜਦੋਂ ਉਸ ਵਾਰਡ ਦੇ ਵਿੱਚ ਪਹੁੰਚਦੇ ਨੇ ਤਾਂ ਕੈਦੀ ਜਿਹੜਾ ਬੈੱਡ 'ਤੇ ਨਾ ਦਿਖਣ ਦੇ ਉੱਤੇ ਪੰਜਾਬ ਪੁਲਿਸ ਔਰ ਜੇ ਗੱਲ ਕਿਤੇ ਡਾਕਟਰਾਂ ਵਿੱਚ ਜਿਹੜੀ ਹੈ ਹਫੜਾ ਦਫੜੀ ਮਰ ਜਾਂਦੀ ਹੈ ਤਾਂ ਉਸ ਕੈਦੀ ਨੂੰ ਜਿਹੜਾ ਲੱਭਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਪੰਜਾਬ ਪੁਲਿਸ ਦੇ ਜਿਹੜੇ ਹੈ ਉਸ ਨੂੰ ਜਿਹੜਾ ਫੜਿਆ ਜਾਂਦਾ ਹੈ ਤਾਂ ਕੁਛ ਘੰਟਿਆਂ ਦੇ ਬਾਅਦ ਦੱਸਿਆ ਜਾ ਰਿਹਾ ਹੈ ਕਿ ਇਹ ਚੋਰੀ ਦੇ ਕੇਸ ਦੇ ਵਿੱਚ ਜਿਹੜਾ ਜੇਲ੍ਹ ਦੇ ਵਿੱਚ ਦਾਖਲ ਸੀ, ਬੰਦ ਸੀਗਾ। ਉਸ ਤੋਂ ਬਾਅਦ ਜਿਹੜਾ ਬਿਮਾਰ ਹੁੰਦਾ ਤਾਂ ਉਸਨੂੰ ਹੋਸਪਿਟਲ ਲੈ ਕੇ ਆਉਂਦਾ, ਕੈਦੀ ਵਾਰਡ ਦੇ ਵਿੱਚ ਦਾਖਲ ਕਰਾਇਆ ਜਾਂਦਾ। ਪਰ ਅੱਜ ਪੰਜਾਬ ਪੁਲਿਸ ਨੂੰ ਜਿਹੜੀ ਹੈ ਵੱਡੀ ਕਾਮਯਾਬੀ ਮਿਲੀ ਹੈ, ਫਰਾਰ ਕੈਦੀ ਨੂੰ ਜਿਹੜਾ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਫਿਰੋਜ਼ਪੁਰ ਤੋਂ ਕੈਮਰਾ ਪਰਸਨ ਜਗਦੀਸ਼ ਕੁਮਾਰ ਦੀ ਫੈਕਟ ਨਿਊਜ਼। ਰਿਸ਼ੂ ਜਿਹੜਾ ਸੀਗਾ ਸੀ ਉਹ ਇੱਥੋਂ ਚਲਾ ਗਿਆ ਸੀਗਾ ਕਿਤੇ, ਗਿਆ ਨਹੀਂ ਸੀ ਉਹ ਬਾਥਰੂਮ ਦੇ, ਅਸਲ ਵਿੱਚ ਨਸ਼ੇ ਦੀ ਲੱਗਦੀ ਟੋਟ ਆ। ਅੱਛਾ ਜੀ, ਨਸ਼ੇ ਦਾ ਆਦੀ ਹੈ ਉਹ, ਕਿਤੇ ਰੌਲਾ ਰੁਲਾ ਪੈ ਗਿਆ ਤੇ ਉਹਨੇ ਬਾਥਰੂਮ ਚੈੱਕ ਨਹੀਂ ਕੀਤਾ। ਅੱਛਾ, ਉਹ ਉੱਥੇ ਅੰਦਰ ਹੀ ਸੀ ਤੇ ਇਹਨੇ ਬਾਹਰ ਹੀ ਰੌਲਾ ਪਾ ਬੈਠਾ ਹੋਈ ਤੇ ਇਹ ਹੁਣ ਇੱਥੇ ਹੀ ਹੈ, ਬਟ ਮੌਜੂਦ ਹੈ। ਹਾਂਜੀ ਹਾਂਜੀ, ਮੌਜੂਦ ਹੈ, ਸਾਡਾ ਕੋਲ ਆ ਸਾਹਮਣੇ ਬੈਠਾ ਜੀ। ਕਿੰਨੀ ਦੇਰ ਬਾਅਦ ਮਿਲਿਆ? ਉਹਦੇ ਨਾਲ ਵੀ ਗੱਲ ਕਰ ਸਕਦੇ? ਹਫੜਾ ਤਫੜੀ ਇੱਕ ਵਾਰੀ ਮੱਚ ਗਈ ਸੀਗੀ। ਉਹ ਤਾਂ ਵੈਸੇ ਗੱਡੀ ਨੇ ਖਿਆਲ ਹੋਵੇ ਕਿ ਕੋਈ ਬਾਥਰੂਮ 'ਚ ਆ, ਇਹਨੇ ਬਾਹਰੋਂ ਲੋਕ ਲਾ ਕੇ ਬਾਹਰ ਦੇਖਣ ਲੱਗ ਪਿਆ ਤੇ ਉਹਦੇ ਕਰਕੇ ਫਿਰ ਬਾਹਰ ਵੀ ਇਹਨੇ ਰੋਕ ਲਾ ਲਿਆ। ਅੱਛਾ, ਜਦੋਂ ਫਿਰ ਤੁਸੀਂ ਬਾਥਰੂਮ 'ਚ ਵੇਖਿਆ ਫਿਰ ਉੱਥੇ? ਫਿਰ ਬਾਹਰ ਜਦੋਂ ਆ ਕੇ ਲੋਕ ਖੋਲ ਕੇ ਦੇਖਿਆ ਤੇ ਅੰਦਰ ਹੀ ਪਿਆ। ਅੱਛਾ, ਇਹ ਕਿੰਨੀ ਦੇਰ ਬਾਅਦ ਮਿਲਿਆ ਫਿਰ ਤੁਹਾਨੂੰ? ਅਸੀਂ ਆਏ ਹਾਂ ਕੋਈ ਅੱਧੇ ਪੌਣੇ ਘੰਟੇ ਬਾਅਦ, ਲੋਕ ਆ ਕੇ ਖੋਲ ਕੇ ਦੇਖਿਆ ਤੇ। ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਮ ਇਹ ਅਸੀਂ ਜਗਦਾਰ ਸਿੰਘ। ਇੱਕ ਅੱਜ ਹਵਾਲਾਤੀ ਜਿਹੜਾ ਉਹ ਭੱਜਿਆ ਹੈਗਾ ਸੀਗਾ ਸਿਵਲ ਹਸਪੀਟਲ ਤੋਂ, ਕੀ ਨਾਮ ਹੈਗਾ ਔਰ ਸਰ ਉਹ ਫੜਿਆ ਗਿਆ? ਰਿਸ਼ੂ ਵਾਸੀ ਬਗਦਾਦੀਗੜ੍ਹ ਫਿਰੋਜ਼ਪੁਰ ਦਾ ਇੱਕ ਕੈਦੀ ਸੀ ਜੋ ਕਿ ਬੰਦ ਸੀਗਾ ਫਿਰੋਜ਼ਪੁਰ ਜੇਲ੍ਹ ਦੇ ਵਿੱਚ, ਜਿਹੜਾ ਕਿ ਬਿਮਾਰ ਸੀ। ਉਹ 23 ਤਰੀਕ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਹੋਇਆ ਸੀ, ਜੋ ਗਾਰਦ ਲੱਗੀ ਹੋਈ ਸੀ। ਅੱਜ ਸਵੇਰੇ ਵਾਸ਼ਰੂਮ ਜਾਣ ਦਾ ਬਹਾਨਾ ਬਣਾ ਕੇ ਉਹ ਉੱਥੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਸੀ, ਜੋ ਪੁਲਿਸ ਨੇ ਮੁਸ਼ਤੈਦੀ ਵਰਤਦੇ ਹੋਏ ਇਮੀਡੀਏਟਲੀ ਉਹਨੂੰ ਫੜ ਲਿਆ ਅਤੇ IPC ਦੀਆਂ ਵੱਖ ਵੱਖ ਥਾਵਾਂ 'ਤੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਕਰਕੇ ਉਸ 'ਤੇ ਕੇਸ ਰਜਿਸਟਰ ਕੀਤਾ ਗਿਆ ਅਤੇ ਉਹਦੀ ਗ੍ਰਿਫਤਾਰੀ ਪਾਈ। ਉਹ ਚੋਰੀ ਦੇ ਕੇਸ ਦੇ ਵਿੱਚ ਅੰਦਰ ਸੀ। ਇਹ ਜਿਹੜਾ ਸੀਗਾ ਰਿਸ਼ੂ 23 ਤਰੀਕ ਨੂੰ ਦਾਖਲ ਹੋਇਆ ਸੀ, 23/4 ਨੂੰ, ਅਤੇ ਇਹ ਹਜੇ ਤੱਕ ਦਾਖਲ ਸੀ। ਇਹਦੀ ਹਜੇ ਸਰਜਰੀ ਹੋਣੀ ਹੈ ਜਿਹਦੇ ਕਰਕੇ ਇਹ ਉੱਥੇ ਹਜੇ ਦਾਖਲ ਹੈ। ਤੇ ਇਸ ਫਰਾਰ ਕਿਵੇਂ ਹੋਇਆ? ਇਹਨੇ ਬਾਥਰੂਮ ਦਾ ਦੱਸ ਕੇ ਮੈਂ ਬਾਥਰੂਮ ਜਾਣਾ ਤਾਂ ਉਸ ਬਹਾਨੇ ਦੇ ਮੁਤਾਬਕ ਉੱਥੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋਇਆ। ਸਰ ਉੱਥੇ ਪਤਾ ਨਹੀਂ ਲੱਗਾ ਗਾਰਡ ਨੂੰ, ਜਿਹੜੀ ਨਾਲ ਹੁੰਦੀ ਹੈ ਉਸ ਟਾਈਮ ਦੇ ਉੱਪਰ? ਗਾਰਡ ਨੂੰ ਪਤਾ ਲੱਗਿਆ, ਇਸੇ ਕਰਕੇ ਤਾਂ ਇਮੀਡੀਏਟਲੀ ਇਹਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਫਿਰ ਟਰੈਕ ਕੀਤਾ ਜੀ ਉਹਨਾਂ ਮਗਰ? ਇਮੀਡੀਏਟਲੀ ਟਰੈਕ ਕੀਤਾ, ਉਸ ਤੋਂ ਬਾਅਦ ਇਹਨੂੰ ਪਤਾ ਨਹੀਂ ਸੀ ਵੀ ਪੁਲਿਸ ਬਾਥਰੂਮ ਦੇ ਬਾਹਰ ਜਿਸ ਰਸਤੇ ਤੋਂ ਇਹ ਗਿਆ ਵੀ ਉਸ ਪੁਲਿਸ ਬਾਹਰ ਵੀ ਲੱਗੀ ਹੋਈ ਹੈ। ਜੋ ਇਹ ਨਿਕਲਿਆ ਤੇ ਇਹਨੂੰ ਫੜ ਲਿਆ ਗਿਆ। ਹਾਂਜੀ, ਮੇਰਾ ਨਾਮ ਡਾਕਟਰ ਆਗਿਆਪਾਲ, ਸਿਵਲ ਹੋਸਪਿਟਲ ਫਿਰੋਜ਼ਪੁਰ ਤੋਂ ਮੈਂ ਐਮਰਜੈਂਸੀ ਮੈਡੀਕਲ ਆਫਿਸਰ। ਸਾਡੇ ਕੋਲ ਰਿਸ਼ੂ ਨਾਮ ਦਾ ਇੱਕ ਸੈਂਟਰਲ ਜੇਲ੍ਹ ਤੋਂ ਕੈਦੀ ਆਇਆ ਸੀਗਾ ਅਤੇ ਸਾਡੇ ਕੋਲ ਉੱਪਰ ਦਾਖਲ ਸੀ ਪ੍ਰਿਜ਼ਨਰ ਵਾਰਡ ਦੇ ਵਿੱਚ, ਅਤੇ ਅੱਜ ਜਦੋਂ ਸਵੇਰੇ ਅਸੀਂ ਦਵਾਈ ਦੇਣ ਗਏ ਤਾਂ ਸਾਨੂੰ ਉਹ ਬੈੱਡ 'ਤੇ ਨਹੀਂ ਮਿਲਿਆ ਅਤੇ ਮੁਲਾਜ਼ਮਾਂ ਵੱਲੋਂ ਭਾਲ ਜਾਰੀ ਹੈਗੀ ਹੈ।